ਭਗਵੰਤ ਮਾਨ ਅੱਜ ਪਹੁੰਚੇ ਜਲੰਧਰ ਸ਼ਹਿਰ ਦੇ ਵਿੱਚ, ਜਿੱਥੇ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ, ਜੋ ਕਿ ਜਿਮਨੀ ਚੋਣ ਦੇ ਵਿੱਚ ਉਮੀਦਵਾਰ ਨੇ, ਉਹਨਾਂ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ। ਆਓ ਦੇਖਦੇ ਹਾਂ ਕੀ ਕਹਿ ਰਹੇ ਹੈ ਭਗਵੰਤ ਮਾਨ ਜੀ। ਅੱਜ ਅਸੀਂ ਇੱਥੇ ਕੋਈ ਸ਼ਕਤੀ ਪ੍ਰਦਰਸ਼ਨ ਕਰਨੀ ਹੈ। ਅੱਜ ਅਸੀਂ ਲੋਕ ਸਭਾ ਜਲੰਧਰ ਦੀ ਜਿਮਨੀ ਚੋਣ ਵਾਸਤੇ ਆਮ ਆਦਮੀ ਪਾਰਟੀ ਦੇ ਭਾਈ ਜੀ, ਮੈਨੂੰ ਅਰਜੀ ਵੀ ਦੇਤੀ ਤੇ ਬੈਨਰ ਵੀ ਦਿਖਾਉਂਗੀ, ਫਿਰ ਮਰਜ਼ੀ ਮੇਰਾ ਮੇਰੇ ਧਿਆਨ ਚ ਮਸਾਂ ਤਾਂ ਟੈਂਕੀ ਤੋਂ ਲਾ ਰਹੇ ਹੋ, ਦੁਬਾਰੇ ਨਹੀਂ ਕਰਨ ਦੇਊਂਗਾ ਟੈਂਕੀਆਂ ਤੇ। ਮੇਰੇ ਤੋਂ ਯਕੀਨ ਤਾਂ ਕਰੋ, ਪਹਿਲਾਂ ਨੀ ਭਰਤੀ ਕੀਤੇ ਸਾਰੇ, ਸਾਰਿਆਂ ਦੀ ਵਾਰੀ ਆਊਗੀ ਇੱਕ ਵਾਰੀ। ਹੌਲੀ ਹੌਲੀ ਲੀਗਲ ਰਸਤੇ ਨੇ, 2016 ਵਾਲੇ ਹੋ ਤੁਸੀਂ, ਮੈਨੂੰ ਪਤਾ ਸਾਰੀ ਭਰਤੀ ਪ੍ਰਕਿਰਿਆ ਪੂਰੀ ਕਰਾਂਗੇ। ਆਰਾਮ ਨਾਲ ਸੁਣ ਲਓ, ਇਹ ਵੀਰੋ ਇਹਨਾਂ ਦਾ ਕਸੂਰ ਨਹੀਂ, ਇਹ ਪੁਰਾਣੀਆਂ ਸਰਕਾਰਾਂ ਦੇ ਇਹ ਦੁਖੀ ਕੀਤੇ ਹੋਏ। ਉਹ ਕਾਂਗਰਸ ਦਾ ਹੱਥ ਜਿਹੜਾ ਹੁਣ ਚਪੇੜਾ ਬਣ ਗਿਆ, ਉਹ ਤਾਂ ਆਪ ਆਪਸ ਲੜੀ ਫਿਰਦੇ ਨੇ। ਆ ਦੇਖੋ ਤੁਸੀਂ ਤਾਂ ਅੱਜ ਹੁਣ ਕਿੰਨੀ ਭਾਰੀ ਗਿਣਤੀ ਜਿੱਥੇ ਆ ਗਏ, ਪਿਆਰ ਕਰਦੇ ਹੋ ਕਿ ਭਗਵੰਤ ਮਾਨ ਹੋਰਾਂ ਨੇ ਆਉਣਾ ਹੈ, ਰਿੰਕੂ ਹੋਰਾਂ ਨੇ ਕਾਗਜ਼ ਦਾਖਲ ਕਰਾਉਣੇ ਨੇ, ਆਪਾਂ ਚੱਲ ਕੇ ਆਈਏ ਕਰ ਦਿਓ ਬਾਬੂ। ਕਾਂਗਰਸ ਵਾਲੇ ਆਏ ਸੀ ਦਾਖਲ ਕਰਾਉਣ ਕਾਗਜ਼, ਇੱਕ ਬੱਸ ਸੀ, ਮੂੰਹ ਇੱਕ ਦੂਜੇ ਦਾ ਅੰਦਰ ਸੀ। ਹੁਣ ਸਫ਼ਰ ਕਰੋ, ਬੱਸ ਰੁਕੀ ਦੀ ਆ ਵੀ ਦੋ ਚਾਰ ਰੁਪਏ ਉੱਤਰ ਜਾਂਦੇ, ਉਹਨਾਂ ਦਾ ਕੋਈ ਪਤਾ ਨਹੀਂ, ਕਾਂਗਰਸ ਦਾ ਕੋਈ ਪਤਾ ਨਹੀਂ ਪਤਾ ਕਿਹੜਾ ਕਦਮ ਨੂੰ ਤੁਰ ਪਏ। ਸੋ ਇਸ ਕਰਕੇ ਉਹਨਾਂ ਦੇ ਪਿੱਛੇ ਨਾ ਲੱਗਿਓ, ਉਹਨਾਂ ਦੀ ਧੜੇਬੰਦੀ ਨੇ ਥੋੜਾ ਵਿਕਾਸ ਰੋਕ ਦੇਣਾ। ਸਾਡੀ ਪਾਰਟੀ ਹੈ ਜਿਹੜੀ ਇਮਾਨਦਾਰ ਲੋਕਾਂ ਨੂੰ ਅੱਗੇ ਲੈ ਕੇ ਆਉਂਦੀ ਹੈ, ਸਾਡੀ ਪਾਰਟੀ ਹੈ, ਸਾਡੀ ਪਾਰਟੀ ਹੈ ਜਿਹੜੀ ਰੋਜ਼ਗਾਰ ਦੇਣਾ ਆਉਂਦਾ ਹੈ, ਸਾਨੂੰ ਸੜਕਾਂ ਇਨਫਰਾਸਟ੍ਰਕਚਰ ਦੇ ਕੰਮ ਕਰਨੇ ਆਉਂਦੇ ਨੇ। ਅਸੀਂ MCD ਜਿੱਤਿਆ ਹੁਣ ਦਿੱਲੀ ਚ, ਦਿੱਲੀ ਚ MCD ਜਿੱਤੇ ਹਾਂ। ਇਹ ਮੰਨਦੇ ਨਹੀਂ ਸੀ ਕਿ ਮੇਅਰ ਬਣਾਉਣ ਨਹੀਂ ਦੇਣਾ, ਪਰ ਸਾਡੇ ਅਸੀਂ ਜਿੱਤੇ ਹੋਏ ਸੀ, ਸੁਪਰੀਮ ਕੋਰਟ ਤੋਂ ਆਰਡਰ ਲੈ ਕੇ ਮੇਅਰ ਬਣ ਗਿਆ। ਹਜੇ ਮਹੀਨਾ ਹੋਇਆ ਮੇਅਰ ਬਣੇ ਨੂੰ, ਦਿੱਲੀ ਦੇ ਵਿੱਚ ਜਿਹੜੇ ਕੂੜੇ ਦੇ ਪਹਾੜ ਨੇ ਨਾ, 3-4 ਨੇ, ਇੱਕ ਤਾਂ ਇੱਧਰੋਂ ਜਦੋਂ ਆਪਾਂ ਜਾਂਦੇ ਹਾਂ ਪੰਜਾਬ ਵੱਲੋਂ ਖੱਬੇ ਪਾਸੇ ਦਿੱਲੀ 'ਚ ਵੜਦੇ ਹਾਂ, ਉਹਨਾਂ ਕੂੜੇ ਦੇ ਪਹਾੜਾਂ ਨਾਲ MCD ਨੇ ਮੱਥਾ ਲਾ ਲਿਆ। ਆਉਣ ਵਾਲੇ 6-7 ਮਹੀਨੇ ਤੁਹਾਨੂੰ ਉਹ ਕੂੜੇ ਦੇ ਪਹਾੜ ਉੱਥੇ ਨਜ਼ਰ, ਇਹ ਸਾਰੀ ਗੱਲ ਵੀ ਚੱਕ ਲਾਂਗੇ। ਇਸੇ ਤਰ੍ਹਾਂ ਸਮਾਰਟ ਸਿਟੀ ਦੇ ਵਿੱਚ ਪਾਇਆ ਹੋਇਆ ਜਲੰਧਰ, ਕੇਂਦਰ ਨੇ ਜਿਹੜੀ ਸਕੀਮ ਕੱਢੀ ਸੀ ਸਮਾਰਟ ਸਿਟੀ, ਉਹਦੇ ਵਿੱਚ ਪਾਇਆ ਹੋਇਆ। ਕਿੱਥੋਂ ਸਮਾਰਟ ਲੱਗਿਆ ਦੱਸਿਓ, ਜਿੱਥੋਂ ਇਹ ਸਮਾਰਟ ਲੱਗਿਆ ਮੈਨੂੰ ਜ਼ਰੂਰ ਦੱਸਿਓ ਕਿੱਥੇ ਇਹ ਸਮਾਰਟ। ਕੋਈ ਕੁਛ ਨਹੀਂ ਕੀਤਾ, ਉਹੀ ਸੀਵੇ ਦੇ ਟੱਕਰ, ਉਹੀ ਗੰਦਗੀ, ਕਾਹਨੇ ਹੈ, ਇੱਛਾ ਨਹੀਂ ਹੈਗੀ, ਇੱਛਾ ਨਹੀਂ ਹੈਗੀ। ਹੁਣ ਕੀ ਹੈ, ਹੁਣ ਸਾਡੇ ਕੋਲੇ ਸਰਕਾਰ ਹੈ, ਕਾਰਪੋਰੇਸ਼ਨ ਵੀ ਸਾਡੇ ਕੋਲੇ, ਬਹੁਤ ਸਾਰੇ ਜਿਹੜੇ ਕੌਂਸਲਰ ਨੇ ਉਹਨਾਂ ਨੇ ਵਿਸ਼ਵਾਸ ਜਤਾਇਆ, ਇੱਥੇ ਖੜੇ ਸੀਗੇ ਸਾਰੇ, ਉਹ ਵੀ ਆਏ ਨੇ ਇੱਧਰੋਂ, ਰਿੰਕੂ ਹੋਈ ਲੋਕ ਸਭਾ ਤੋਂ ਆ ਜਾਣਗੇ, ਤੇ ਰਾਜ ਸਭਾ ਦੇ ਮੈਂਬਰ ਵੀ ਜਿੱਥੇ ਮਰਜ਼ੀ ਪੰਜਾਬ ਦਾ ਪੈਸਾ ਦੇ ਸਕਦੇ ਨੇ। ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਫਗਵਾੜਾ, ਬਠਿੰਡਾ, ਐਸੇ ਸ਼ਹਿਰ ਚਮਕਾ ਦੇਣੇ ਨੇ। ਮਹਿਕਮਾ ਮੇਰੇ ਕੋਲ ਅਰਬਨ ਡਿਵੈਲਪਮੈਂਟ ਦਾ, ਕਿ ਲੋਕ ਦੇਖਣਗੇ ਕਿ ਹਾਂ ਇੱਦਾਂ ਵੀ ਬਣ ਸਕਦਾ, ਜਾਂ ਕੰਮ ਹੋ ਸਕਦਾ ਇਹਦਾ ਕੰਮ। ਪਹਿਲਾਂ ਬਰਸਾਤ ਨਾਲ ਫਸਲਾਂ ਮਰੀਆਂ, ਮੈਂ ਕਿਹਾ 20 ਦਿਨਾਂ 'ਚ ਪੈਸੇ ਆਉਣਗੇ, 20 ਦਿਨ ਲਾਉਣਾ ਪਾਈ ਹੈ ਕਾਂਗਰਸ ਜੀ ਤੇ ਅਕਾਲੀ, ਆਏ ਕਿਵੇਂ ਪੈਸੇ ਆ ਜਾਣਗੇ, ਜਿੱਦਾਂ ਪੈਸੇ ਦੇਤੇ ਆ ਕਿੱਥੋਂ ਆ ਗਏ, ਜਦੋਂ ਪੈਸੇ ਦਿਖਾ ਦਿੱਤੇ ਫਿਰ ਕਹਿੰਦੇ ਹਜੇ ਸਾਰੇ ਨਹੀਂ ਆਏ, ਮੈਂ ਕਿਹਾ ਆ ਜਾਣਗੇ ਸਾਰੇ ਵੀ ਆ ਜਾਣਗੇ, ਉਹਨਾਂ ਕੋਲੇ ਕੋਈ ਕੋਈ ਗੱਲ ਹੀ ਹੈ ਜੀ ਉਹਨਾਂ ਕੋਲ। ਸੋ ਇਸ ਕਰਕੇ ਵੀਰੋ ਅਸੀਂ ਤਾਂ ਤੁਹਾਡੇ ਵਰਗੇ ਹਾਂ, ਤੁਹਾਡੇ ਵਰਗਿਆਂ 'ਚ ਹੀ ਰਹਿੰਦੇ ਹਾਂ, ਇੱਦਾਂ ਹੀ ਰਹਿਣਾ ਹੈ। ਇਹ ਅਹੁਦੇ, ਇਹ ਪਦਵੀਆਂ, ਇਹ ਤੁਸੀਂ ਦਿੰਦੇ ਹੋ, ਇਹ ਲੋਕਾਂ ਦੀ ਪ੍ਰੋਪਰਟੀ ਹੈ ਇਹ ਸਾਰਾ ਕੁਛ। ਸੋ ਲੋਕ ਜਿੰਨਾ ਚਿਰ ਤਾਂ ਭਾਈ ਮੇਰਾ ਪੈਨ ਜਾਂ ਮੇਰੇ ਸਾਥੀਆਂ ਦੇ ਪੈਨ ਤੁਹਾਡੇ ਹੱਕ 'ਚ ਫੈਸਲੇ ਕਰਦੇ ਰਹਿਣਗੇ, ਉਹਨਾਂ ਚਿਰ ਸਾਡੇ ਕੋਲ ਆਉਂਦੇ ਰਹਿਣਗੇ, ਗੱਡੀਆਂ ਕਾਰਾਂ ਰਹਿਣਗੀਆਂ। ਜੇ ਅਸੀਂ ਉਹ ਪੈਨ ਜਿਹੜਾ ਆਪਦੇ ਜੇਲੇ ਚਪਟਿਆਂ 'ਤੇ ਜਾਂ ਆਪਦੇ ਰਿਸ਼ਤੇਦਾਰਾਂ ਦੇ ਹੱਕ 'ਚ ਚਲਾਉਣ ਲੱਗੇ,
ਉਹ ਪਿੰਡ ਸਾਥੋਂ ਲੈ ਕੇ ਕਿਸੇ ਹੋਰ ਨੂੰ ਦੇ ਦੋਗੇ ਜਿਵੇਂ ਹੋਰ ਤੋਂ ਲੈ ਕੇ ਸਾਨੂੰ ਦਿੱਤਾ, ਅਸੀਂ ਹੋਊਗਾ ਫਿਰ। ਸੋ ਅਸੀਂ ਤਾਂ ਇਹ ਗੱਲ ਰੱਖ ਰਹੇ ਦਿਮਾਗ 'ਚ ਕਿ ਲੋਕ ਵੱਡੇ ਨੇ, ਪਰਮਾਤਮਾ ਫਲ ਬਖਸ਼ੇ, ਹਰ ਰੋਜ਼ ਕੋਈ ਨਾ ਕੋਈ ਇਹੋ ਜਿਹਾ ਫੈਸਲਾ ਕਰੀਏ ਜਿਹਦੇ ਨਾਲ ਲੋਕਾਂ ਨੂੰ ਰਾਹਤ ਮਿਲੇ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਵੱਡੇ ਵੱਡੇ ਫੈਸਲੇ ਸੁਣਨ ਨੂੰ ਮਿਲਣਗੇ ਜਿਹਦਾ ਤੁਹਾਡੇ ਕਾਰਜ ਨੂੰ ਠੰਡ ਪਊਗੀ। ਕਾਰਜ ਨੂੰ ਠੰਡ ਪੈਣ ਵਾਲੇ ਫੈਸਲੇ ਨੇ ਦੋ ਤਿੰਨ, ਮੈਂ ਹਜੇ ਅੱਜ ਨਹੀਂ ਦੱਸਣੇ, ਬਸ ਦੋ ਚਾਰ ਦਿਨ ਠਹਿਰ ਜਾਓ। ਜਦੋਂ ਬੁਲਡੋਜ਼ਰ ਤੁਰੇ ਨਾ, ਕਲੱਚ ਛੱਡਿਆ ਬੁਲਡੋਜ਼ਰ ਦਾ, ਉਦੋਂ ਪਤਾ ਕੰਮ ਅਸੀਂ ਅਸੀਂ ਕੰਮ ਅਸੀਂ ਕੰਮ ਪੱਕੇ ਪੈਰੀ ਕਰਦੇ ਹਾਂ, ਅਸੀਂ ਕੰਮ ਪੱਕੇ ਪੈਰੀ ਕਰਦੇ ਹਾਂ। ਦੇਖ ਲਓ ਮੰਤਰੀ ਫੜਿਆ ਹੁਸ਼ਿਆਰਪੁਰ ਵਾਲਾ, ਉਹਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਹੈ। ਤੁਹਾਡੇ ਘਰੇ ਕਿਸੇ ਨੋਟ ਗਿਣਨ ਵਾਲੀ ਮਸ਼ੀਨ ਹੈਗੀ? ਨੋਟ ਹੀ ਹੈ ਨਹੀਂ, ਮਸ਼ੀਨ ਕਿੱਥੋਂ ਹੋਊਗੀ? ਕਿਹੜਾ ਆਪਾਂ ਮਸ਼ੀਨਾਂ ਦੇ ਰੇਟ ਪੁੱਛਣ ਚਲੇ ਗਏ ਸੀ? ਉਹ ਮੋਦੀ ਕਹਿੰਦਾ ਸੀ 15-15 ਲੱਖ ਹੋਵੇਗੀ ਦੇ ਖਾਤੇ 'ਚ, ਉਹਨੇ ਦਿੱਤੇ ਨਹੀਂ। ਫਿਰ ਨੋਟ ਗਿਣਨ ਵਾਲੀ ਮਸ਼ੀਨ ਖਰੀਦਣ ਦੀ ਲੋੜ ਨਹੀਂ ਪਈ, ਉਹ ਤਾਂ ਜਿਹੜੇ 2-4 ਹਜ਼ਾਰ ਘਰਾਂ 'ਚ ਪਿਆ ਸੀ ਨੋਟਬੰਦੀ ਕਰਕੇ ਉਹ ਵੀ ਲੈ ਗਿਆ। ਜਿਹੜੇ 2-4 ਹਜ਼ਾਰ ਘਰਾਂ 'ਚ ਪਏ ਸੀ ਐਮਰਜੈਂਸੀ ਵਾਸਤੇ ਉਹ ਵੀ ਲੈ ਗਿਆ ਨੋਟਬੰਦੀ ਕਰਕੇ। ਆਮ ਤੌਰ 'ਤੇ ਮਾਵਾਂ ਭੈਣਾਂ ਵਿੱਚ ਬਹੁਤ ਚੰਗੀ ਆਦਤ ਹੁੰਦੀ ਹੈ, ਆਪਦੇ ਘਰ ਵਾਲੇ ਤੋਂ ਚੋਰੀ ਨੂੰ ਥੋੜ੍ਹੇ ਜਿਹੇ ਪੈਸੇ ਅੱਗੇ ਰੱਖ ਲੈਂਦੀਆਂ ਨੇ। ਮੈਂ ਤਾਂ ਗੁਰਸੰਦੇ ਲਾ ਦੂੰਗਾ, ਤਾਂ ਯਾਰਾਂ ਦੋਸਤਾਂ ਨਾਲ ਮਹਿਫਲ 'ਚ ਪੈਸੇ ਖਰਚ ਕਰ ਦੂੰਗਾ, ਮੈਂ ਕੋਈ ਬੱਚੇ ਦੀ ਫੀਸ ਵਾਸਤੇ ਜਾਂ ਐਮਰਜੈਂਸੀ ਵਾਸਤੇ ਅੱਗ ਰੱਖ ਲੈਂਦੀ ਹਾਂ, ਅੱਜ ਰੱਖ ਲੈ। ਰਾਤੋ ਰਾਤ ਲੋਕੀ ਮੋਦੀ ਨੇ ਨੋਟ ਬਦਲ ਤੇ, ਉਹ ਵਿਚਾਰੀਆਂ ਫਸ ਗਈਆਂ, ਨਾ ਦੱਸਣ ਯੋਗੀਆਂ ਨਾ ਰੱਖਣ ਯੋਗੀਆਂ। ਦੱਸਦੀਆਂ ਨੇ ਤਾਂ ਮਰਦੀਆਂ ਨੇ, ਘਰੇ ਲੜਾਈ ਹੁੰਦੀ, ਉਹ ਕਹਿੰਦਾ ਕਿੱਥੋਂ ਲਿਆਂਦੇ ਪੈਸੇ, ਤੂੰ ਕੁੰਡੀ ਲਾਉਣੀ ਹੈ। ਨਹੀਂ ਦੱਸਦੀਆਂ, ਉਹ ਕਾਗਜ਼ ਬਣ ਜਾਣਗੇ, ਕੱਲੀਆਂ ਬਹਿ ਕੇ ਜਾ ਨਹੀਂ ਸਕਦੀਆਂ। ਮੈਂ ਕਿਤੇ ਇਹ ਰੈਲੀ ਤੇ ਬੋਲਤੀ ਗੱਲ 2022 ਦੀ ਵੋਟਾਂ ਤੋਂ ਪਹਿਲਾਂ, ਮੈਂ ਇੱਥੇ ਹੀ ਰੈਲੀ ਤੇ ਬੋਲਤੀ। ਮੈਂ ਗੱਡੀ 'ਚ ਬੈਠਿਆ, ਦੋ ਤਿੰਨ ਮਾਵਾਂ ਭੈਣਾਂ ਆਈਆਂ, ਸ਼ੀਸ਼ਾ ਖਲਾਇਆ ਮੇਰੀ ਗੱਡੀ ਦਾ, ਮੇਰਾ ਸਿਰ ਪਲੋਸ ਕੇ ਮੇਰੇ ਕੰਨ 'ਚ ਕਹਿੰਦੇ, ਪੁੱਤ ਜਮਾ ਸਹੀ ਗੱਲ ਕਹੀ ਹੈ, ਆਹ ਜਿਹੜੀ ਪੇਕਿਆਂ ਵਾਲੀ ਕਹਿੰਦੇ ਕਿਵੇਂ ਕਹਿੰਦੇ ਅਸੀਂ ਵੀ ਪੇਕਿਆਂ ਦੇ ਤਲਾ ਕੇ ਲੈ ਗਏ ਸਾਰੇ ਨੋਟ। ਪਤਾ ਹੀ ਤਾਂ ਪਤਾ ਹੀ ਨਹੀਂ ਕਿ ਲੋਕ ਕਿਵੇਂ ਚੁਣਦੇ ਨੇ, ਕਿਵੇਂ ਫੈਸਲੇ ਲੈ ਲੈਣਗੇ। ਸੋ ਇਸ ਕਰਕੇ ਉਹਨਾਂ ਤੇ ਨਾ ਜਾਇਓ। ਇਸ ਵਾਰ ਜਲੰਧਰ ਜਿਹੜਾ ਉਹ ਇੱਕ ਇਤਿਹਾਸ ਲਿਖੇ, NRI ਬਹੁਤ ਸਾਰੇ ਜਲੰਧਰ ਦੇ ਵੱਸਦੇ ਨੇ, ਜਲੰਧਰ ਜਿਹੜਾ ਉਹ ਇਸ ਵਾਰ ਇਤਿਹਾਸ ਦੇ ਵਿੱਚ ਨਾਮ ਆਵੇ ਕਿ ਜਦੋਂ ਇਤਿਹਾਸ 'ਚ ਪੁੱਛਿਆ ਜਾਵੇ ਜਾਂ ਦੱਸਿਆ ਜਾਵੇ ਕਿ ਪੰਜਾਬ ਦੇ ਵਿੱਚ ਜਦੋਂ 2022 ਤੋਂ ਬਾਅਦ ਇੱਕ ਦੇਸ਼ ਵਾਸਤੇ ਇੱਕ ਨਵਾਂ ਇਨਕਲਾਬ ਉੱਠਿਆ ਸੀ ਤਾਂ ਉਹ ਕਿੱਥੋਂ ਉੱਠਿਆ ਸੀ, ਉਹਦਾ ਸਹੀ ਜਵਾਬ ਹੋਵੇ ਜਲੰਧਰ ਲੋਕ ਸਭਾ ਦੀ। ਦੋਨੋਂ ਹੱਥ ਉੱਪਰ ਚੱਕ ਕੇ ਇੱਕ ਵਾਰੀ ਮੈਨੂੰ ਵੀ ਹਾਮੀ ਭਰ ਦਿਓ, ਮੇਰਾ ਵੀ ਹੌਸਲਾ ਵੱਧ ਜੂਗਾ। ਮੈਂ 48 ਡਿਗਰੀ 50 ਡਿਗਰੀ ਟੈਂਪਰੇਚਰ 'ਚ ਕੰਮ ਕਰਨ ਵਾਲਾ, ਮੈਂ ਕੋਈ ਧੁੱਖ ਤੱਕ ਤੋਂ ਡਰਦਾ। ਸੋ ਇਸ ਕਰਕੇ ਜਿੰਨੀ ਵਾਰੀ ਕਹੋਗੇ, ਜਿੱਥੇ ਕਹੋਗੇ ਮੈਂ ਆਊਂਗਾ। ਬਸ ਇਸ ਵਾਰ ਪੰਜਾਬ ਦਾ ਮਾਣ ਰੱਖਣਾ ਤੁਸੀਂ ਕਿ ਇਹਨਾਂ ਨੂੰ ਲੁਟੇਰਿਆਂ ਨੂੰ ਭਜਾਉਣਾ ਤੇ ਆਪਾਂ ਆਪ ਬਹਿਣਾ ਉਹਨਾਂ ਕੁਰਸੀਆਂ ਤੇ, ਆਮ ਲੋਕਾਂ ਦੇ ਧੀਆਂ ਪੁੱਤਾਂ ਲੈ ਕੇ ਆਉਣਾ। ਉਹਨੇ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ, ਦੱਸਣ ਦੀ ਕੀ ਲੋੜ ਹੈ, ਤੁਹਾਡੇ ਘਰੇ ਵੀ ਸੁਣੀ ਗਏ ਹੋਣੇ। ਅਸੀਂ 5 ਬੰਦੇ ਹੁਣ ਅੱਗੇ ਕਾਗਜ਼ਪੁਰ ਜਾਵਾਂਗੇ, ਤੁਸੀਂ ਪਾਣੀ ਦਾ ਪ੍ਰਬੰਧ ਤੁਹਾਡਾ ਚੱਲਿਆ ਹੋਇਆ, ਇੱਕ ਇੱਕ ਕਦਮ ਸਾਡੇ ਸਿਰ ਮੱਥੇ। 20 ਤਰੀਕ ਨੂੰ ਆਉਣ ਵਾਲੀ 20 ਤਰੀਕ ਨੂੰ ਅਰਵਿੰਦ ਕੇਜਰੀਵਾਲ ਜੀ ਜਲੰਧਰ ਜਾ ਰਹੇ ਨੇ, ਉਹਨਾਂ ਤੋਂ ਸਾਰਾ ਪਤਾ ਲੱਗੇਗਾ। ਅਸੀਂ ਫੇਰ ਦੁਬਾਰੇ ਇਕੱਠੇ ਹੋਣਾ ਤੇ ਇੱਕ ਵਾਰੀ ਫੇਰ ਆਪਾਂ ਜਲੰਧਰ ਦੀ ਜਿਹੜੀ ਲਹਿਰ ਹੈ ਉਹਨੂੰ ਇਸੇ ਤਰ੍ਹਾਂ ਹੋਰ ਵੀ ਤੇਜ਼ ਕਰਨਾ। ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਮੁੱਖ ਮੰਤਰੀ ਸਾਹਿਬ ਦਾ, ਆਏ ਹੋਏ ਸਾਰੇ ਮੰਤਰੀ ਸਾਹਿਬਾਨ ਦਾ,
एमएलए साहबान का और जिन्हें गुआढ़ियों साथी जलंधर तो जिले के आए हैं।